ਦੋਸਤੋ ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਕਰਨਾ ਕਲਿੱਕ ਤਾਂ ਕਿ ਸਾਡੀ ਅੱਛੀ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਦੋਸਤਾਂ ਤੇ ਵੀਰਾਂ ਤੱਕ ਪਹੁੰਚੇ ਸਭ ਤੋਂ ਪਹਿਲੇ। ਤੇ ਅੱਜ ਅੱਲਾ ਦੇ ਫਜ਼ਲ ਕਰਮ ਨਾਲ ਇੱਕ ਦੂਸਰਾ ਸੂਆ ਸੂਈ ਜਨਾਬ ਸੱਜਰ ਮਾਈ ਦੀ ਵੀਡੀਓ ਲੈ ਕੇ ਆਇਆ। ਮਗਰ ਕੱਟਾ ਦੁੱਧ ਅੱਲਾ ਦੇ ਫਜ਼ਲ ਕਰਮ ਨਾਲ ਰਿਕਾਰਡ ਹੋਣਗੇ। ਬਾਕੀ ਜਨਾਬ ਲੈਣੇ ਦੇਣੇ ਹਮੇਸ਼ਾ ਹੀ ਤਰ੍ਹਾਂ ਮੁਕੱਦਰ ਸੌਦਾ ਨਾਲ ਨਸੀਬ ਦੇ। ਮਾਈ ਦਾ ਕੱਦ ਚੰਗਾ, ਲਾਮ ਚੰਗੀ, ਬਾਕੀ ਜਨਾਬ ਸੋਹਣਾ ਥਣ, ਆਲਾ ਕੁਆਲਿਟੀ ਦਾ ਮਾਸ਼ਾਅੱਲਾ ਕੀਮਤੀ ਥਣ ਲੱਗਿਆ। ਪੂਰਾ ਜਨਾਬ ਮੁੱਠ ਮੁੱਠ ਤੇ ਪੂਰੀ ਜਨਾਬ ਲੋਕੇਸ਼ਨ ਤੇ ਥੱਬੇ ਦਾ ਹਵਾਨਾ, ਲੱਤਾਂ ਤੋਂ ਜਨਾਬ ਫੁੱਟ ਫੁੱਟ ਬਾਹਰ ਲਾਈ ਖੜੀ ਹੈ। ਬਾਕੀ ਗੱਲਾਂ ਨਾਲ ਨਹੀਂ, ਭਰਾਵਾਂ ਨੂੰ ਕੰਮ ਕਰਕੇ ਵਿਖਾਈਦਾ। ਭਰਾ ਜਾਣਦੇ ਨੇ ਕਿ ਨੀਲੀ ਤੋਂ ਹਟ ਕੇ ਐਸਾ ਕੰਮ ਨਹੀਂ ਕਰਦੇ। ਬਾਕੀ ਜਨਾਬ ਮੇਰਾ ਕੈਮਰਾਮੈਨ ਚਾਰ ਛੇਰੋਂ ਮਾਝ ਨੂੰ ਤਸੱਲੀਆਂ ਕਰਵਾਵੇਗਾ। ਭਰਾਵਾਂ ਨੇ ਆਪਣੀਆਂ ਨਿਗਾਹਾਂ ਨਾਲ ਤਸੱਲੀ ਕਰ ਲੈਣੀ ਹੈ। ਮਾਝ ਦਾ ਮਾਸ਼ਾਅੱਲਾ ਕੱਦ ਚੰਗਾ, ਲਾਮ ਚੰਗੀ, ਖੁਰ ਮਾਸ਼ਾਅੱਲਾ ਚਾਰੇ ਕਸੇ ਜਿਵੇਂ ਜਨਾਬ ਚਾਹ ਪੀਣ ਵਾਲੇ ਪਿਆਲੇ। ਬਾਕੀ ਮਾਝ ਦੀ ਨਿੱਕੀ ਨਿੱਕੀ ਸਿੰਗੀ, ਮੱਥਾ ਸਫੈਦ, ਮਹਿੰਦੀ ਮਾਲਕ ਨੇ ਜਨਾਬ ਸ਼ੌਕ ਦਾ ਕਰਕੇ ਲਾਈ ਹੈ। ਬਾਕੀ ਕੰਨੀ ਵਲੈਤ ਤੇ ਇੱਕੋ ਜਿਹੀ ਮਾਸ਼ਾਅੱਲਾ ਚਾਰ ਚੇਰੋਂ ਮੇਰੇ ਕੈਮਰੇ ਦੀ ਨਜ਼ਰ ਹੈ। ਮਾਝ ਦਾ ਮਾਸ਼ਾਅੱਲਾ ਕੁੱਡਾ ਪੁੱਠਾ ਢਾਕ ਕੈਮਰੇ ਮੇਰੇ ਦੀ ਨਜ਼ਰ ਹੈ। ਅੱਲਾ ਦੇ ਫਜ਼ਲੋ ਕਰਮ ਨਾਲ ਸਫ਼ਰ ਕਰਕੇ ਭਰਾਵਾਂ ਦੇ ਸ਼ੌਕ ਪੂਰੇ ਕਰਾਏ ਜਾਂਦੇ ਨੇ। ਬਾਕੀ ਜਨਾਬ ਇਹ ਸੱਜਰ ਮਾਝ ਸੂਈ ਹੈ, ਕਦੋਂ ਸੂਈ ਹੈ, ਕਿੰਨਾ ਬੋਲਾ ਜਾਂ ਦੁੱਧ ਕਰਦੀ ਹੈ, ਇਹ ਸਾਰੀਆਂ ਗੱਲਾਂ ਜਨਾਬ ਭਰਾਵਾਂ ਨੂੰ ਆਪਣੇ ਵੀਰ ਤੋਂ ਸਾਂਝੇ ਲੈ ਕੇ ਦਿੰਦੇ ਹਾਂ। ਅਸਲਾਮ ਅਲੈਕਮ ਜੀ। ਵਾਲਕਮ ਸਲਾਮ ਜੀ। ਲਓ ਭਾਈ ਜੀ ਕੀ ਹਾਲ ਹੈ? ਠੀਕ ਠਾਕ ਜੀ। ਕੀ ਨਾਂ ਹੈ ਆਪਣਾ? ਸਜਾਦ ਸੀਨ ਕੇ ਸਜਾਦ ਸਜਾਦ ਹਾਂ, ਨਾਂ ਤਾਂ ਆਪਦਾ ਪੂਰਾ ਸਾਧ ਮੇਰਾ। ਹਾਂਜੀ ਭਾਈ ਸਜਾਦ। ਹਾਂਜੀ ਇਹ ਗੱਲ ਕਰਨੀ ਹੈ, ਆਪਣੀ ਵੀਡੀਓ ਬਣਦੀ ਪਈ। ਹਾਂਜੀ ਬਣਦੀ ਪਈ ਹੈ। ਆਈ ਸਮੇਂ ਵੀਡੀਓ ਦੀ ਗੱਲ ਉਹ ਕਰਨੀ ਹੈ ਜਿਹੜੀ ਪੱਕੀ ਤੇ ਠੱਕੀ ਹੋਵੇ। ਪੱਕੀ ਕਰਤੀ ਯਾਰ, ਆਈ ਸਮਝ? ਹਾਂਜੀ ਭਾਈ ਸਜਾਦ, ਆਈ ਸਮਝ ਕਿ ਨਹੀਂ ਆਈ? ਆ ਗਈ ਸੀਨ ਦੇ ਨਾਲ ਬਣਦਾ ਹੈ। ਹਾਂਜੀ ਆਈ ਸਮਝ, ਨਾ ਮੇਰਾ ਪੁੱਤਰ ਪੂਰਾ ਸੱਦਿਆ ਕਰੋ। ਅੱਛਾ ਇਹ ਮੱਝ ਕਿਨਵਾ ਸੂਆ ਸੂਈ ਹੈ? ਦੂਜਣ। ਇਹ ਦੂਜਣ? ਹਾਂਜੀ ਦੂਜਾ ਵਾਰਾ। ਦੂਜਾ ਵਾਰਾ ਠੀਕ ਹੋ ਗਿਆ। ਸੂਈ ਖੜੀ ਹੈ ਥਣਾ, ਕੋਈ ਘਾਟਾ ਵਾਧਾ ਛੱਟਾ ਪਵਾ, ਘਾਟਾ ਵਾਧਾ ਛੱਟਾ ਪਵਾਰਾ ਹੋਵੇ, ਵਾਧਾ ਘੱਟ ਹੋਵੇ, ਥਣ ਟੁੱਟਦਾ ਹੋਵੇ, ਪਵਾਰ ਦਿੰਦੀ ਹੋਵੇ, ਮੈਂ ਉੱਥੋਂ ਹੀ ਆਪ ਨੂੰ। ਅੱਛਾ ਹਾਂਜੀ ਮਾਈ ਦੀ ਚੁਆਈ 'ਚ ਫਰਕ ਹੋਵੇ? ਚੁਆਈ 'ਚ ਫਰਕ ਹੋਵੇ, ਮੈਂ ਦੁੱਧ ਨਾ ਦੇਵੇ ਤਾਂ ਹੀ ਮੈਂ ਆਪ। ਅੱਛਾ ਹਾਂਜੀ ਮਗਰ ਕੱਟਾ ਸੋ? ਕੱਟਾ। ਅੱਛਾ ਇਹਦੇ ਮੱਥੇ ਤੇ ਸਫੈਦ ਮਹਿੰਦੀ ਲਾਈ, ਕੀ ਗੱਲ? ਕੋਈ ਸ਼ਾਦੀ? ਮੈਂ ਸ਼ੌਂਕ ਤੋਂ ਲਾਈ, ਉਹ ਕੱਟੇ ਸਿਰ ਤੇ ਬਾਲਾਂ ਲਾ ਦਿੱਤੀ। ਅੱਛਾ ਬਾਲਾਂ ਲਾ ਦਿੱਤੀ, ਠੀਕ ਹੋ ਗਿਆ। ਸ਼ੌਂਕ ਪਰ? ਹਾਂ ਸ਼ੌਂਕ ਪਰ। ਮਾਣਾ ਤਰ ਕੱਟਾ ਹੀ ਆ ਗਈ ਸਾਡੀ। ਅੱਜ ਸੂਈ ਨੂੰ ਕਿੰਨੇ ਦਿਨ ਹੋ ਗਏ? ਅੱਜ ਚੌਥਾ ਦਿਨ ਜੀ। ਅੱਜ ਚਾਰ ਦਿਨ ਹੋ ਗਏ। ਹਾਜ਼ਰ ਵਕਤ ਬੋਲਾ ਕਿੰਨਾ ਕਰਦੀ ਪਈ? ਦੁੱਧ ਬਣਾ ਕੇ ਬੋਲਾ? ਦੁੱਧ ਬਣਾਇਆ ਹੈ, ਦੁੱਧ ਦੇ ਉਹਦਾ ਬੋਲਾ ਹੀ ਹੈ, ਦੁੱਧ ਦੀ ਹੈ। ਅੱਛਾ ਚਾਹ ਨਹੀਂ ਬਣਦੀ? ਚਾਹ ਨਹੀਂ ਬਣਦੀ? ਹਾਂਜੀ ਬਣ ਜਾਏਗੀ ਇਨਸ਼ਾਅੱਲਾ। ਹਾਂ ਅੱਛਾ ਹੁਣ ਹਾਜ਼ਰ ਵਕਤ ਆਪਾਂ ਜਿਹੜੀ ਗਰੰਟੀ ਵਾਲਾ ਕਿਸੇ ਭਰਾ ਨੂੰ ਇੱਥੇ ਮੌਕੇ ਦੋ ਟਾਈਮ ਕੋਈ ਗੜਵੀਆਂ ਮਾਰੇ, ਦੋ ਟਾਈਮ ਜਨਾਬ ਗੱਲਾਂ ਨਾਲ ਨਹੀਂ, ਅਗਲਾ ਗੜਵੀ ਨਾਲ ਲੈ ਕੇ ਗੜਵੀ ਨਾਲ ਲੈ ਆਵੇ, ਗੜਵੀ ਮਾਰੇ 16 ਕਿਲੋ, ਦੋ ਟਾਈਮ ਦਾ ਡੱਬਾ ਮਾਰ ਲਵੇ। ਸੁਆ ਦੂਸਰਾ ਹੀ ਹੈ? ਸੁਆ ਦੂਸਰਾ 16 ਕਿਲੋ ਕਰ ਗਈ। ਹਾਂਜੀ ਬਾਕੀ ਮੈਲਾ ਸ਼ੇਲਾ ਸੱਟੇ ਕਿੰਨਾ ਦੁੱਧ? ਦੋ ਚਾਰ ਤੇ ਪੰਜ ਤੇ ਮੈਂ ਹੋਰ ਮੈਲਾ ਮੂਲਾ ਸਾਈਡ ਲਵੇ, ਮੈਂ 20 ਕਿਲੋ ਤੋਂ 2 ਕਿਲੋ ਕੀਤੀ ਮੈਲਾ ਤੇ। ਅਸਲ ਮੇਰਾ ਵੀਰ ਸੱਚੀਏ ਤੋਂ ਬਾਅਦ, ਸੱਚੀਏ ਤੋਂ ਬਾਅਦ ਆਈ ਸਮਾਂ ਮਾਝ ਦੁੱਧ ਤੇ ਆਂਦੀ ਹੈ 20 22 ਦਿਨਾਂ ਤੋਂ ਬਾਅਦ, ਠੀਕ ਹੈ। ਹੁਣ ਹਾਜ਼ਰ ਵਕਤ ਆਪਾਂ ਨਾ 16 ਨਾ 15 ਆਪਾਂ 14 ਲੀਟਰ ਦੀ ਗਰੰਟੀ ਦੇਣਾ। 16 ਲੀਟਰ ਦੀ ਗਰੰਟੀ? ਲੇਕਿਨ ਮੈਂ 14 ਲੀਟਰ ਦੀ ਗਰੰਟੀ ਦੇਵਾਂਗਾ। ਪਤਾ ਕੀ ਗੱਲ ਹੈ, ਕਿਉਂਕਿ ਜਿਹੜੇ ਵੀਰ ਸਫ਼ਰ ਕਰਕੇ ਆਉਂਦੇ ਨਾ ਫਿਰ ਉਹ ਪਾਈਆ ਦੇ ਦਾ ਨੁਕਤਾ ਚੀਨੀਆਂ ਕਰਦੇ ਨੇ। ਲਓ ਜੀ ਮਾਲਕ ਦੀ ਗਰੰਟੀ 16 ਦੀ ਹੈ, ਲੇਕਿਨ ਮੈਂ ਜਿਹੜੀ ਆਪਣੀ ਗਰੰਟੀ ਦੇ ਰਿਹਾ ਇਹ ਜਨਾਬ 14 ਲੀਟਰ ਦੀ ਜੀ, ਠੀਕ ਹੋ ਗਿਆ। ਤੇ ਮਾਝ ਜਨਮਨ ਦੂਸਰਾ ਸੁਆ ਜਨਮਨ, ਇਹਨਾਂ ਨੂੰ ਪਿਆਰ ਮੁਹੱਬਤ ਵਾਲਾ ਮੁੱਲ ਕੀ ਕਰਦਾ ਜਿੱਥੇ ਆਪਾਂ ਵੇਚਣੀ ਹੈ? ਪਿਆਰ ਮੁਹੱਬਤ, ਪਿਆਰ ਮੁਹੱਬਤ ਵਾਲੇ ਜਿੱਥੇ ਵੇਚਣੀ, ਜਿੱਥੇ ਵੇਚਣੀ ਹੈ ਪੂਰੇ 5 ਲੱਖ ਦੀ ਮੈਲੇ, ਪੂਰੇ 5 ਲੱਖ ਦੀ? ਹਾਂਜੀ
ਜੇ ਜਾ ਸੋਹਣਾ ਆਪ ਹੈ ਨਾ ਇਸ ਤਰ੍ਹਾਂ ਦਾ ਸੋਹਣਾ ਹੀ ਰੇਟ ਕਰ ਮੇਰਾ ਮੈਂ ਚੰਗੀ ਆਪਣੀ ਮੈਂ ਚੰਗੀ ਹੈ ਮੈਂ ਕੋਈ ਕਮੀ ਪੇਸ਼ੀ ਮੈਂ ਭਰਾਵਾ ਮੈਂ ਲਾਂ ਵੇਖ ਨਿੱਕੀ ਜੇ ਮੈਂ ਛੋਟੀ ਜੇ ਬੱਕੀ ਅੱਛਾ ਚੰਗੀ ਮੈਂ ਚੈੜੀ ਜਿਵੇਂ ਚੈੜੀਆਂ ਹੁੰਦੀਆਂ ਅੱਛਾ ਚੈੜੀ ਮੱਝ ਖਾਣ ਵੇਖ ਮੋਠ ਬਾਰ ਲੱਖ ਕੱਲਾ ਕੱਲਾ ਫੋਟ ਫੋਟ ਦੀ ਵਿਰਲਾਂ ਤੇ ਬੰਦੇ ਮੂੰਹ ਨਾ ਆਖ ਲੈਂਦੇ ਮੇਰਾ ਫੋਟ ਫੋਟ ਥਣ ਲੱਗਾ ਫੋਟ ਫੋਟ ਤੇ ਚਾਰੇ ਥਣ ਕੱਲਾ ਕੱਲਾ ਲੱਗਾ ਕੱਲਾ ਠੀਕ ਹੋ ਗਿਆ ਤੁੰਨੀ ਕੌੜੀ ਦਾ ਨਿਸ਼ਾਨ ਪੁੱਛ ਲਿਆ ਤਮਾਮ ਬਰੀਕਾ ਪੁੱਛ ਲਈ ਬਾਲ ਇਹਨੀ ਅੱਛਾ ਹਾਂਜੀ ਆ ਤਮਾਮ ਬਰੀਕ ਤਮਾਮ ਬਰੀਕ ਤਮਾਮ ਬਰੀਕ ਮੈਂ ਜਿਵੇਂ ਬਰੀਕ ਆਉਂਦੀਆਂ ਥਣਾਂ ਦੀ ਗਰੰਟੀ ਆਪਣੀ ਥਣਾਂ ਦੀ ਗਰੰਟੀ ਆ ਭੇਜ ਦੇਵਾਂ ਬੇਫਿਕਰ ਹੋ ਕੇ ਭੇਜ ਦੇ ਉੱਤੇ ਵਾਧਾ ਘੱਟ ਹੋਏ ਮੈਂ ਦੁਗਣੇ ਪੈਸੇ ਦੇ ਹੋਰ ਦੱਸ ਅੱਛਾ ਠੀਕ ਹੋ ਗਿਆ ਹੁਣ 5 ਲੱਖ ਚੋਂ ਪਿਆਰ ਮੁਹੱਬਤ ਕਿੰਨਾ ਕਰਨਾ ਹੈ ਆਈ ਸਮਝ ਜਿੱਥੇ ਆਪਾਂ ਮੱਝ ਵੇਚਣੀ ਨਾ ਪੱਕਾ ਕਿ ਸਾਡਾ ਕੋਈ ਭਰਾ ਸਾਨੂੰ ਜਿਹੜੇ ਫੋਨ ਕਰਦੇ ਨਾ ਹਾਂਜੀ ਉਹਨਾਂ ਨੂੰ ਪਤਾ ਆਈ ਸਾਹਿਬ ਕੋਲ ਬਸ ਯੈਸ ਨੋ ਦਾ ਲਫ਼ਜ਼ ਹੈ ਆਈ ਸਮਝ ਜਿੱਥੇ ਵੇਚਣੀ ਪੱਕੀ ਮੱਝ ਦੱਸ ਦੇ ਵੀ ਇਹਦੋਂ ਘੱਟ ਨਹੀਂ 4,90,000 ਦੀ ਮੈਂ ਦੱਸ 10,000 ਦਾ ਪਿਆਰ ਮੁਹੱਬਤ 10,000 ਹਾਂਜੀ ਮੈਂ ਚੰਗੀ 70 ਕਿਲੋਮੀਟਰ ਕਰਕੇ ਨੀਲੀ ਦੇ ਇਲਾਕੇ 'ਚ ਆਇਆ ਤੇ 10,000 ਦੀ ਕਦਰ 10,000 ਮਾਝ ਦੂਜਾ ਸੂਆ ਸੂਈ ਹੈ ਮਗਰ ਕੱਟਾ ਕੱਟੇ ਨੀ ਜਨਾਬ ਸ਼ੌਕ ਨਾਲ ਮਹਿੰਦੀ ਲਾ ਦਿੱਤੀ ਹੈ ਬਾਕੀ ਮਾਝ ਦਾ ਕੱਦ ਪੂਰਾ ਲਾਮ ਚੰਗੀ ਸੋਹਣਾ ਥਣ ਮਾਸ਼ਾਅੱਲਾ ਹਾਜ਼ਰ ਵਕਤ ਜਨਾਬ ਵਿਖਾਓ ਜੀ ਤੁਰਦੀ ਫਿਰਦੀ ਅੱਲਾ ਦੇ ਫਜ਼ਲ ਕਰਮ ਨਾਲ ਕੈਮਰੇ ਨਜ਼ਰ ਹੈ ਨੰਬਰ ਹੁੰਦਾ 0348 ਵੀਡੀਓ ਅੱਛੀ ਲੱਗੇ ਮੁਹਬਤਾਂ ਦੇ ਕਮੈਂਟ ਬਾਕੀ ਮਿਲਾਂਗੇ ਇੱਕ ਅੱਛੀ ਦੇ ਨਾਲ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ ਵੇਖ ਮੈਂ ਲਾਂ ਮਾਸ਼ਾਅੱਲਾ।